ਰਾਜ ਸਿੰਘ ਪੰਡਾਲ ਜੀ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਸਮਾਂ ਦੇ ਰਹੇ ਹੋ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਕਿ ਤੁਹਾਨੂੰ ਇਹ ਸ਼ੌਕ ਕਿਤਾਬਾਂ ਇਕੱਠੀਆਂ ਕਰਨ ਦਾ ਦੁਰਲੱਭ ਕਿਤਾਬਾਂ ਆਰਟੀਫੈਕਟਸ ਕਦੋਂ ਹੋਇਆ ਇਹ ਸ਼ੌਕ ਤੁਹਾਨੂੰ ਅਤੇ ਕਿਵੇਂ ਹੋਇਆ ਜੀ ਜੀ ਤੁਹਾਡਾ ਵੀ ਇੱਥੇ ਆਉਣ ਦਾ ਬਹੁਤ ਬਹੁਤ ਸ਼ੁਕਰੀਆ ਮੈਂ ਕਈ ਦਫਾ ਸੋਚਦਾ ਹੁੰਦਾ ਕਿ ਸ਼ੌਕ ਹੋਇਆ ਕਦੋਂ ਸੋ ਕਾਫੀ ਚੀਜ਼ਾਂ ਮੈਨੂੰ ਸ਼ੁਰੂ ਤੋਂ ਸੀਗੀਆਂ ਕੋਈ ਨਾ ਕੋਈ ਚੀਜ਼ ਮੇਰੀ ਸੀਗੀ ਵੀ ਮੈਂ ਇਕੱਠੀਆਂ ਕਰਾਂ ਕੁਛ ਛੋਟਾ ਹੁੰਦਾ ਜਦੋਂ ਮੈਂ ਬੰਟੇ ਇਕੱਠੇ ਕਰਦਾ ਹੁੰਦਾ ਸੀਗਾ ਕਿਤਾਬਾਂ ਦਾ ਮੈਂ ਆਮ ਨੋਟ ਐਜੂਕੇਟਿਡ ਸੋ ਮੈਨੂੰ ਹਮੇਸ਼ਾ ਇਹ ਹੁੰਦਾ ਸੀ ਕਿ ਪੜ੍ਹਿਆ ਜਾਵੇ ਕੁਛ ਸੋ ਇਹ ਕਿਤਾਬਾਂ ਦਾ ਸ਼ੌਕ ਬਸ ਉਹ ਪਤਾ ਹੀ ਨਹੀਂ ਲੱਗਾ ਕਿ ਕਿੱਦਾਂ ਸ਼ੁਰੂ ਹੋ ਗਿਆ ਇੱਥੇ ਰਹਿ ਕੇ ਇਹ ਸ਼ੌਕ ਇਸ ਨੂੰ ਪਾਲਣਾ ਅਤੇ ਰੱਖਣਾ ਹਾਂਜੀ ਨੈਚੁਰਲੀ ਚੈਲੇਂਜਿੰਗ ਰਿਹਾ ਹੋਵੇਗਾ ਹਾਂਜੀ ਇਹ ਆਹਿਸਤਾ ਆਹਿਸਤਾ ਆਪ ਹੀ ਐਡੀਸ਼ਨ ਹੁੰਦੀ ਰਹੀ ਆ ਪਰ ਉਹਦਾ ਜਿਹੜਾ ਕੋਰ ਥੀਮ ਸੀਗਾ ਵੀ ਜਿੱਥੋਂ ਅਸੀਂ ਆਏ ਹਾਂ ਪਹਿਲਾਂ ਤਾਂ ਆਪਣੇ ਆਪ ਨੂੰ ਸਮਝਿਆ ਜਾਵੇ ਫਿਰ ਉੱਥੇ ਹੋਇਆ ਕਿ ਉਸ ਉਸ ਖਿੱਤੇ ਵਿੱਚ ਉਸ ਜਦੋਂ ਮੁਗਲ ਆਏ ਨੇ ਜਦੋਂ ਅੰਗਰੇਜ਼ ਆਏ ਨੇ ਬਹੁਤ ਵਧੀਆ ਜਗ੍ਹਾ ਜਿੱਥੇ ਆਪਾਂ ਰਹਿ ਰਹੇ ਹਾਂ ਪਰ ਫਿਰ ਵੀ ਜਿੱਥੋਂ ਅਸੀਂ ਆਏ ਹਾਂ ਜੇ ਅਸੀਂ ਉਹ ਭੁੱਲ ਗਏ ਤਾਂ ਆਹ ਵੀ ਇੱਥੇ ਵੀ ਕਿਸੇ ਨੇ ਨਹੀਂ ਸਾਨੂੰ ਪੁੱਛਣਾ ਈਦਰ ਯੂ ਡਿਫਾਈਨ ਯੂਰ ਸੈਲਫ ਔਰ ਯੂ ਗੈਟ ਡਿਫਾਈਨਡ ਜਿਹੜੀ ਜਰਨੀ ਆ ਜੇ ਮੈਂ ਆਪਣੇ ਬਾਰੇ ਕਹਾਂ ਇਸ ਇਨਵਰਡ ਜਰਨੀ ਇਸ ਨੋਟ ਆਊਟਵਰਡ ਮੈਂ ਤਾਂ ਆਪਣਾ ਹੀ ਲੱਭ ਰਿਹਾ ਕਿ ਮੈਂ ਕੌਣ ਆ ਰਾਜ ਸਿੰਘ ਜੀ ਇਹ ਦੱਸੋ ਕਿ ਇਸ ਵੇਲੇ ਤੁਹਾਡੀ ਜਿਹੜੀ ਕਲੈਕਸ਼ਨ ਹੈ ਕਿਤਾਬਾਂ ਦੀ ਕਿੰਨੀ ਕੁ ਗਿਣਤੀ ਹੋ ਚੁੱਕੀ ਕਿਤਾਬਾਂ ਦੀ ਤੁਹਾਡੇ ਕੋਲ ਅਤੇ ਇੱਥੇ ਤੱਕ ਪਹੁੰਚੇ ਕਿਵੇਂ ਤੁਸੀਂ ਕਿਸੇ ਨੇ ਗਿਫਟ ਕੀਤੀਆਂ ਕਿਤਾਬਾਂ ਤੁਸੀਂ ਖਰੀਦੀਆਂ ਉਹ ਕੀ ਪ੍ਰੋਸੈਸ ਰਿਹਾ ਇੱਥੇ ਤੱਕ ਪਹੁੰਚਣ ਦਾ ਜੀ ਜੀ ਕਿਤਾਬਾਂ ਦੀ ਗਿਣਤੀ ਤਕਰੀਬਨ 1230 ਦੇ ਦਰਮਿਆਨ ਹੈ ਇਹ ਵੀ ਹਾਲੇ ਫਾਈਨਲ ਕਾਊਂਟ ਨਹੀਂ ਹੈਗਾ ਕੁਛ ਸਾਡੇ ਸਟੋਰੇਜ 'ਚ ਪਈਆਂ ਹੋਈਆਂ ਨੇ ਉਹ ਜਿੱਦਾਂ ਜਿੱਦਾਂ ਅਸੀਂ ਖੋਲ੍ਹ ਰਹੇ ਹਾਂ ਅਤੇ ਉੱਦਾਂ ਉੱਦਾਂ ਹੋ ਰਹੀਆਂ ਨੇ ਉਹਦੇ ਤੋਂ ਬਾਅਦ 'ਚੋਂ ਸਾਡੇ ਕੋਲ ਮੈਡਲ ਨੇ ਬਟਨ ਨੇ ਸਵੋਰਡਸ ਨੇ ਸਾਡੇ ਕੋਲ ਉਹਦੇ ਉੱਪਰ ਫਿਗਰੀਨਸ ਨੇ ਇੱਕ ਮਿਊਟਨੀ ਆਫ ਇੰਡੀਆ ਦਾ ਚੈਸ ਪਈ ਹੋਈ ਆ ਤੁਹਾਡੇ ਪਿਛਲੇ ਪਾਸੇ ਮੇਰੇ ਦੋਸਤ ਪਾਕਿਸਤਾਨ 'ਚ ਵੀ ਹੈਗੇ ਨੇ ਅਤੇ ਹਿੰਦੁਸਤਾਨ 'ਚ ਵੀ ਇੰਗਲੈਂਡ 'ਚ ਵੀ ਸੋ ਜਿਹਨੇ ਜਾਣਾ ਉਹਨੇ ਕਹਿਣਾ ਕੀ ਚਾਹੀਦਾ ਮੈਡਮ ਜੀ ਕਿਤਾਬ ਚਾਹੀਦੀ ਹੈ ਸੋ ਉੱਪਰ ਉਹ ਜਿਹੜੀਆਂ ਕਿਤਾਬਾਂ ਸੀਗੀਆਂ ਉਹ ਨਵੇਂ ਪ੍ਰਿੰਟ ਸੀਗੇ ਅਤੇ ਪਹਿਲਾਂ ਪਹਿਲ ਮੈਂ ਰੇਅਰ ਬੁੱਕ ਸਟੋਰ ਚਲ ਜਾਣਾ ਵੈਨਕੂਵਰ ਚਲ ਜਾਣਾ ਜਾਂ ਜਿਹੜੇ ਕੈਲੀਫੋਰਨੀਆ ਗਏ ਜਾਂ ਫਿਲਾਡਲਫੀਆ ਜਿਹੜੇ ਸ਼ਹਿਰ ਜਾਣਾ ਉੱਥੇ ਰੇਅਰ ਬੁੱਕ ਸਟੋਰ ਚਲ ਜਾਣਾ ਉਹਦੇ ਤੋਂ ਬਾਅਦ ਇਹਦੇ 'ਚੋਂ ਕਾਫੀ ਚੀਜ਼ਾਂ ਔਨਲਾਈਨ ਬਾਏ ਕੀਤੀਆਂ ਨੇ ਕਾਫੀ ਚੀਜ਼ਾਂ ਮੈਂ ਦੋਸਤ ਆਪਣੇ ਗਿਣ ਸਕਦਾ ਜਿਨ੍ਹਾਂ ਨੇ ਮੈਨੂੰ ਕਿਹਾ ਵੀ ਹੁਣ ਇਹ ਚੀਜ਼ਾਂ ਅਸੀਂ ਤੈਨੂੰ ਦੇ ਦੇਣੀਆਂ ਬਿਕੋਜ਼ ਇਟਸ ਦਾ ਰਾਈਟ ਪਲੇਸ ਔਰ ਇਹਦੇ ਤੋਂ ਇਲਾਹਦਾ ਜਿਹੜਾ ਥੋੜ੍ਹਾ ਮੁਸ਼ਕਲ ਹੈ ਉਹ ਹੈਗਾ ਆਕਸ਼ਨ ਹਾਊਸਿਸ ਜਦੋਂ ਆਕਸ਼ਨ ਹਾਊਸ ਤੋਂ ਅਸੀਂ ਲੈਂਦੇ ਹਾਂ ਉੱਥੇ ਬਿਡਿੰਗ ਦਾ ਪਤਾ ਨਹੀਂ ਹੈਗਾ ਹਾਓ ਹਾਈ ਇਟ ਵਿਲ ਗੋ ਸੋ ਉੱਥੇ ਫਿਰ ਦੈਨ ਤੁਹਾਡੀ ਇਮੋਸ਼ਨਲ ਕਿੰਨੇ ਕੁ ਤੁਸੀਂ ਅਟੈਚ ਹੋ ਉੱਥੇ ਔਰ ਉਸ ਹਿਸਾਬ ਨਾਲ ਫਿਰ ਤੁਸੀਂ ਲੈਂਦੇ ਹੋ ਰਾਜੀ ਵੈਸੇ ਤਾਂ ਤੁਹਾਡੀ ਸਾਰੀ ਹੀ ਕਲੈਕਸ਼ਨ ਖਾਸ ਹੈ ਯੂ ਨੋ ਮੁਸ਼ਕਿਲ ਕੰਮ ਹੁੰਦਾ ਆਪਣੇ ਪਸੰਦੀਦਾ ਬੱਚੇ ਨੂੰ ਚੁਣਨਾ ਬਟ ਕੁਝ ਕਿਤਾਬਾਂ ਨੇ ਇੱਥੇ ਜਿਹੜੀਆਂ ਜਿਨ੍ਹਾਂ ਦੀ ਖਾਸ ਵੈਲਿਊ ਹੈ ਤੁਹਾਡੇ ਲਈ ਜਾਂ ਤੁਹਾਨੂੰ ਲੱਗਦਾ ਹਿਸਟਰੀ ਦੇ ਲਈ ਉਹ ਖਾਸ ਵੈਲਿਊ ਹੈ ਕਿਤਾਬਾਂ ਦੀ ਉਹ ਤੁਸੀਂ ਸਾਨੂੰ ਸ਼ੋਅ ਕਰ ਸਕਦੇ ਹੋ ਜੀ ਜੀ ਤੁਹਾਡੇ ਸਵਾਲ ਨੇ ਮੈਨੂੰ ਇੱਦਾਂ ਮਹਿਸੂਸ ਕਰਾਇਆ ਕਿ ਮੇਰੇ ਬੱਚੇ ਬਹੁਤ ਨੇ ਸੋ ਉਹ ਇੱਕ ਤਰਫ ਤੋਂ ਸ਼ੁਰੂ ਕਰ ਲੈਂਦੇ ਆਪਾਂ ਸੋ ਸਾਰੇ ਇੰਪੋਰਟੈਂਟ ਨੇ ਪਰ ਇਹ ਪਰਟੀਕੁਲਰ ਬੁੱਕ ਮੇਰੇ ਲਈ ਤਾਂ ਇੰਪੋਰਟੈਂਟ ਹੋ ਗਈ ਕਿਉਂਕਿ ਇਹਦੇ ਉੱਪਰ ਜਿਹੜੇ ਅਖੀਰਲੇ ਸਿੱਖ ਮਹਾਰਾਜਾ ਦਲੀਪ ਸਿੰਘ ਉਹਨਾਂ ਦੇ ਹਸਤਾਕਸ਼ਰ ਉਹਨਾਂ ਦੇ ਸਿਗਨੇਚਰ ਨੇ ਇਹ ਜਿਹੜੇ ਜੌਨ ਸਰ ਜੌਨ ਲੋਗਨ ਜਦੋਂ ਸਿੱਖ ਜਿਹੜਾ ਕਿੰਗਡਮ ਸੀ ਉਹ ਐਨਕਸ ਹੋਇਆ ਅਤੇ ਇਹ ਕੇਅਰਟੇਕਰ ਸੀਗੇ ਦਲੀਪ ਸਿੰਘ ਦੇ ਸੋ ਇਹ ਵੀ ਕਿਤਾਬ ਉਹਨਾਂ ਦੀ ਵਾਈਫ ਲੇਡੀ ਲੋਗਨ ਨੇ ਲਿਖੀ ਹੈ ਇਹਦੇ ਵਿੱਚ ਵੀ ਕਾਫੀ ਦਲੀਪ ਸਿੰਘ ਦਾ ਜ਼ਿਕਰ ਹੈ ਸੋ ਇਹ ਦੋ ਕਿਤਾਬਾਂ ਇਸ ਤਰ੍ਹਾਂ ਕਨੈਕਟ ਹੁੰਦੀਆਂ ਨੇ ਉਸ ਤੋਂ ਅੱਗੇ ਆਪਣੇ ਕੋਲ ਜਦੋਂ ਬ੍ਰਿਟਿਸ਼ ਜਾਂ ਈਸਟ ਇੰਡੀਆ ਕੰਪਨੀ ਕੈਲਕਟਾ ਗਈ ਅਤੇ ਉੱਥੇ ਇਹ ਕਿਤਾਬ 1756 ਦੀ ਹੈ ਇਹ ਭਾਈ ਮਾਇਆ ਸਿੰਘ ਹੁਣਾਂ ਨੇ ਕੰਪਾਇਲ ਕੀਤੀ ਸੀਗੀ ਉਹਦੇ ਤੋਂ ਬਾਅਦ ਲਾਹੌਰ 'ਚ ਛਪੀ ਹੋਈ ਹੈ ਇਨ 1895 ਮੇਰਾ ਖਿਆਲ ਹੈ ਇਹਦੇ ਨਾਲ ਦੀ ਡਿਕਸ਼ਨਰੀ ਮੈਨੂੰ ਹੋਰ ਕੋਈ ਮਿਲ ਨਹੀਂ ਰਹੀ ਅਤੇ ਜਿਹੜੀਆਂ ਆਹ ਕਿਤਾਬਾਂ ਨੇ ਦ ਪੰਜਾਬ ਕੈਂਪੇਨ ਦ ਕ੍ਰਾਈਸਿਸ ਇਨ ਪੰਜਾਬ ਅਤੇ ਐਨਕਸੇਸ਼ਨ ਆਫ ਪੰਜਾਬ ਇਹ ਸਾਰੀਆਂ 1849-1858 ਦੇ ਦਰਮਿਆਨ ਨੇ ਜਦੋਂ ਸਿੱਖ ਰਾਜ ਐਨਕਸ ਹੋਇਆ ਅਤੇ ਦਲੀਪ ਸਿੰਘ ਨੂੰ ਇੰਗਲੈਂਡ ਲਿਜਾਇਆ ਗਿਆ ਇਹ ਉਸ ਸਮੇਂ ਦੀਆਂ ਕਿਤਾਬਾਂ ਨੇ ਮੈਂ ਕੁਝ ਦੇਖਣਾ ਤੁਹਾਡੇ ਕੋਲ ਤਸਵੀਰਾਂ ਵੀ ਪਈਆਂ ਹਾਂਜੀ ਹਾਂਜੀ ਜੀ ਜੀ ਇਹ ਆਪਣੇ ਕੋਲ ਥੋੜ੍ਹੀਆਂ ਐਲਬਮ ਨੇ ਜਿਹੜੀਆਂ ਉਸ ਖਿੱਤੇ ਨਾਲ ਰਿਲੇਟਡ ਨੇ ਇੱਕ ਮੈਨੂੰ ਐਲਬਮ ਮਿਲੀ ਹੈ ਉਹਦੇ ਵਿੱਚ ਅਸੀਂ ਆਮ ਇੰਟਰਨੈਟ 'ਤੇ ਦੇਖਦੇ ਹੁੰਦੇ ਸੀਗੇ ਤਸਵੀਰ ਕਿ ਹਰਿਮੰਦਰ ਸਾਹਿਬ ਦੀ ਤਸਵੀਰ ਹੈ ਔਰ ਉਹਦੇ ਉੱਪਰ ਪਿਛਲੀ ਉੱਪਰ ਵਾਹਿਗੁਰੂ ਪਿਛਲੇ ਪਾਸੇ ਕਲੋਕ ਟਾਵਰ ਹੈ ਔਰ ਜਿਹੜਾ ਬਾਅਦ 'ਚੋਂ ਡਿਮੋਲਿਸ਼ ਕਰ ਦਿੱਤਾ ਗਿਆ ਸੀ ਸੋ ਬ੍ਰਿਟਿਸ਼ ਜਿੱਥੇ ਵੀ ਗਏ ਨੇ
उन्होंने क्लॉक टावर बनाए ने। सो ये मेरा ख्याल उन्होंने थोड़ी हेराफेरी करन दी कोशिश इतने भी की थी उन्होंने। दो मेरे वीर और मेरी असी आपस ही हेल्प करते हैं एक दूजे की। एक तो जैसी तंजू ने अज उन्होंने तो आ नहीं होया इतने क्योंकि उन्होंने ट्रायल चल रहा, ही इज़ ए ह्यूमन राइट लॉयर। तो दूसरे हैगे ने सनी खरौड, तो उन्होंने मिलिट्री हिस्टरी का काफ़ी इन डैप्थ नॉलेज हैगी। सो कई चीज़ों बारे जो असी देखना हों तो असी ये भार उन्होंने सिर पाईदा भी हुण तुसी इहदी रिसर्च करो तो सानू दसो भी ये की चीज़ है। सनी खरौड़ जी, तुहाडा जिक्र किया राज सिंह होरां ने कि तुसी उन्हां दे नाल रल के किवें इस प्रोजेक्ट का एक हिस्सा हो, बड़ा महत्वपूर्ण। तो यह जिहड़ियां चीज़ां तुहाडे पिछे सानू नज़र आ रही ने, आर्टिफैक्ट्स ने, तगमे ने, तलवारां ने, इन्हां दी की सिग्निफिकेंस है इस तुहाडे प्रोजेक्ट दे विच? कहानी जी मोहरे कर रहे हैं जी सिखा की हिस्टरी है वह बैटल फील्ड होके जाती है आई इन अ बिग वे। दिस इज द मैडल दैट इज वन वर्ल्ड वॉर वन मैडल। सो वट आई डू इज़ मैं इन्हें रिसर्च करता है पे बुक के आह मैडल मैनशन किया आह वाली बैटल सी। सो उस बैटल के मैडल से जेडे के आर इंपॉर्टेंट टू द सिख साइड ऑफ हिस्टरी। सो दिस सोर्ड इज़ एक्चुअली पर्टिकुलरली कहानी है भी यह इट बिलोंग टू अ ब्रिटिश ऑफिसर द सोर्ड सी। इट वॉज राइट बिफोर इट वॉज इन द अर्ली 1900s। सो ये कश्मीर के पोस्टड उन्होंने एक्चुअली यह अपनी सोर्ड हैगी है। सो ये कैलकटा की बनी हुई है दिस सोर्ड हीयर। सो मैमलूक सोर्ड्स वर ऑल दैट्स द नेम ऑफ द सोर्ड। ये सारिया जड़ियाँ सैरमोनियल सोर्ड्स होंगे सी। ये टूनिक बटनस जीडियाँ ये भी they also have belonged to certain brave soldiers jehde sige aur eh sariyan british army regiments di ne de tunic buttons ne te naal hi naal sade kol bahut hi rare puraniyan uniforms de vich eh shoulder tags hunde aa he jehde apa laaye jande uniform de utte। so jidda ke aa hega 67 punjabis aa hega ye 2 punjab। so these are very old regiments। अपना सिख जड़े आ सिख रेजिमेंट्स उदों बहुत लड़िया वजीरिस्तान कैंपेन दे विच। ते ए सारिया मैडल्स जड़ी आ ये वजीरिस्तान कैंपेन दे मैडल्स ने। साड़ी वैबसाइट ते जाओगे तुसी munjaranomad.com उहदे उत्ते ये मैडल्स सानू मिलनगे और वो रिम्स दियां भी जड़ियां पिक्चर्स हैगियां वह भी हैगियां। ते फेसबुक पेज दे उत्ते भी ते इंस्टाग्राम ते भी असीं ये पाए हुए ने मैडल। राज जी सानू यह भी दसो कि तुसीं नैचुरली जिवें दस्या कि सारियां किताबां तुसीं कोशिश कर रहे हो कि ऑनलाइन शेयर की जाए, थोड़ी वैबसाइट है जिते लोग आन इन्हें नाल पढ़न अपनी हिस्टरी के नाल जुड़न, कितना कु रिस्पोंस आ रहा लोगों का? तो अगे थोड़े की विचार या ख्वाब ने की करना चाहते हो जी? जी असी काफ़ी कोशिश कर रहे हैं कि जो साडे कोल हैगा एटलीस्ट इन पिक्चर फॉर्म वैबसाइट पर लोड हो जाए। हले मेरे ख्याल सिर्फ किताबा ही 60% मैं लग रहा लोड हुई ने। असी आप ही फोटो खिंच रहे हैं, एडिट कर रहे हैं, लोड कर रहे हैं, तो साढ़े बॉबी बेदी साहब ने वह फिर वैबसाइट मेनटेन कर रहे हैं साड़ी। सो प्रिजर्विंग का काम लगातार चल रहा, लर्निंग का भी चल रहा, इदी शेयरिंग का भी चल रहा। असी किसी तो कुछ डोनेशन नहीं मंगते पे, इस जस्ट ए सुजैशन इस ए हिंट भी सानू देख के जेडे जिन्हें काफ़ी लोगों के मन ख्याल है वो चीज़ा सामभ रहे हो गए, पर जोड़े नहीं सामभ रहे वो कुछ ना कुछ उन्होंने घर जरूर पिया होगा, उन्होंने संदूकों में, उन्होंने बेसमेंट, उन्होंने परछत्तियां उपर, वो जितों भी चीज़ा लभदियां ने उन्होंने बचा लो क्योंकि उस खिते की हवा वाली अच्छी नहीं है। तो जे पहला गवाया हुआ तो हुण भी आपां गवा लेना। सो दैट इज़ द थॉट। तुसी कित्थे तक लैके जाना चाहते हो, इसनों अगला स्टैप की होगा? कुछ कोई फिजिकल स्पेस ओपन करना चाहते हो? हाँ जी, वो अगेन फिजिकल स्पेस जदों वो रहमत होनी आ, जदों वो बख्श होनी आ, उदों एक जे किताबा आई ने तो फिजिकल स्पेस भी आएगा। वो बड़ा यकीन है मेरा वो कदों आता वो कोई टाइमलाइन नहीं हैगी, हो सकता कल आ जाए, हो सकता 10 साल ना आए। सो जी जर्नी है मेरे ख्याल काफ़ी लंबी है, उम्र छोटी आ क्योंकि हो सकता 25 साल बाद आए या 10 साल या 5 साल। सो देर इज़ नो टाइम फ्रेम टू इट, पर थॉट हैगी है एंड इट विल कम, वो पक्का यकीन है वो। तो तुसी म्यूजियम बनाना चाहोगे? जी जी जी, वो म्यूजियम होएगा एंड फ्री ऑफ कॉस्ट होएगा। अगेन द आइडिया इज़ भी जे इत्थे मेयर हो गई
तो होर खिते जिहड़े अपने उस खिते दे रह रहे ने या सिख ने पंजाबी ने वह भी सोचणगे कि असी भी कुछ इकट्ठा करके रखिए सो एक आदत पेगी एक सुभाव बनेगा तो राज जी बहुत धन्यवाद थोड़ा ते बेस्ट ऑफ लक जो काम तुसी कर रहे हो जी जी